ਕੈਪਟਨ ਸਰਕਾਰ ਵੱਲੋਂ ਸਾਲ 2004 ਦੇ ਵਿੱਚ ਸ਼ੁਰੂ ਕੀਤੀ ਗਈ ਨਿਊ ਪੈਨਸ਼ਨ ਸਕੀਮ ਤੋਂ ਪੰਜਾਬ ਦੇ ਸਰਕਾਰੀ ਮੁਲਾਜ਼ਮ ਕਾਫੀ ਉਖੜ ਨਜ਼ਰ ਆ ਰਹੇ ਨੇ। ਕਾਰਨ ਹੈ, ਇੱਕ ਵਾਰ ਫਿਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਜੋ ਸਬਜਬਾਗ ਕਾਂਗਰਸ ਵੱਲੋਂ ਵਿਖਾਏ ਗਏ ਸਨ, ਹੁਣ ਧਰਾਤਲ ਤੇ ਮੁਲਾਜ਼ਮਾਂ ਨੂੰ ਇਹ ਸਭ ਹੁੰਦਾ ਨਜ਼ਰ ਨਹੀਂ ਆ ਰਿਹਾ। ਦਰਅਸਲ ਸਾਲ 2004 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਨਿਊ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਕੋਈ ਵੀ ਸੂਬਾ ਇਸ ਸਕੀਮ ਨੂੰ ਆਪਣੇ ਸੂਬੇ ਦੇ ਵਿੱਚ ਲਾਗੂ ਕਰ ਸਕਦਾ ਹੈ ਜਾਂ ਨਹੀਂ ਵੀ ਕਰ ਸਕਦਾ, ਇਹ ਉਸਦਾ ਅਧਿਕਾਰ ਖੇਤਰ ਹੈ। ਪਰ ਉਸ ਵਕਤ ਕੈਪਟਨ ਸਰਕਾਰ ਨੇ ਇਸ ਸਕੀਮ ਨੂੰ ਪੰਜਾਬ ਦੇ ਵਿੱਚ ਬਿਨਾਂ ਮੁਲਾਜ਼ਮਾਂ ਨਾਲ ਗੱਲਬਾਤ ਕੀਤਿਆਂ ਲਾਗੂ ਕਰ ਦਿੱਤਾ। ਹੁਣ 14 ਸਾਲ ਬੀਤ ਜਾਣ ਦੇ ਬਾਅਦ ਮੁਲਾਜ਼ਮਾਂ ਨੂੰ ਇਸ ਸਕੀਮ ਦੀ ਹਕੀਕਤ ਸਮਝ ਆਉਣ ਲੱਗੀ ਹੈ ਅਤੇ ਉਹ ਕੈਪਟਨ ਸਰਕਾਰ ਤੋਂ ਵਾਰ ਵਾਰ ਇਹ ਮੰਗ ਕਰ ਰਹੇ ਨੇ ਕਿ ਸਾਲ 2004 ਤੋਂ ਪਹਿਲਾਂ ਵਾਲੀ ਓਲਡ ਪੈਨਸ਼ਨ ਸਕੀਮ ਹੀ ਲਾਗੂ ਕੀਤੀ ਜਾਏ। ਪਰ ਇਸ ਮੁੱਦੇ ਤੇ ਨਾ ਤਾਂ ਸੂਬੇ ਦੇ ਮੁੱਖ ਮੰਤਰੀ ਅਤੇ ਨਾ ਹੀ ਵਿੱਤ ਮੰਤਰੀ ਕੁਝ ਸੁਣਨ ਤੇ ਕਰਨ ਨੂੰ ਤਿਆਰ ਨੇ। ਸਰਕਾਰ ਨੇ ਜਦੋਂ NPS ਨੂੰ ਲਾਗੂ ਕੀਤਾ, ਪਹਿਲੀ ਗੱਲ ਤਾਂ ਕਿਸੇ ਵੀ ਮੁਲਾਜ਼ਮ ਜਥੇਬੰਦੀ ਦੀ ਰਾਏ ਹੀ ਨਹੀਂ ਲਈ ਗਈ। ਇਹ ਸਾਰੇ ਦਾ ਸਾਰਾ ਇੱਕ ਕਾਰਪੋਰੇਟ ਸਿਸਟਮ ਨੂੰ ਬੈਨੀਫਿਟ ਪਹੁੰਚਾਉਣ ਦੇ ਲਈ ਜਿਹੜੀ ਇਹ ਪਾਲਿਸੀ ਹੈ ਉਹ ਬਣਾਈ ਗਈ ਸੀ। ਮੌਜੂਦਾ ਸਰਕਾਰ ਦੇ ਵਿੱਚ ਜਦੋਂ ਚੋਣਾਂ ਦਾ ਦੌਰ ਸੀਗਾ, ਵਿਧਾਨ ਸਭਾ ਚੋਣਾਂ 2017 ਦਾ, ਤਾਂ ਇੱਕ ਬੜੀ ਵਧੀਆ ਗੱਲ ਵਾਰ ਵਾਰ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਕੀਤੀ ਜਾ ਰਹੀ ਸੀ ਕਿ ਜੇਕਰ ਸਾਡੀ ਪਾਰਟੀ ਦੀ ਸਰਕਾਰ ਆ ਗਈ ਤਾਂ 14 ਲੱਖ ਕਰੋੜ ਦਾ ਜਿਹੜਾ ਕਰਜ਼ਾ ਪੰਜਾਬ ਦੇ ਇਕੱਲੇ ਇਕੱਲੇ ਆਪਣੇ ਇੱਕ ਵਸਨੀਕ ਦੇ ਸਿਰ ਦੇ ਉੱਤੇ ਹੈਗਾ, ਤਾਂ ਸਾਡੇ ਕੋਲ ਇੰਨੀਆਂ ਕੁ ਵਧੀਆ ਪਾਲਿਸੀਆਂ ਨੇ ਕਿ ਅਸੀਂ 5 ਸਾਲਾਂ ਦੇ ਵਿੱਚ 84 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੋਂ ਉਤਾਰ ਦਾਂਗੇ। ਤਾਂ ਅਸੀਂ ਸਰਕਾਰ ਦੇ ਅੱਗੇ ਇੱਕ ਗੱਲ ਰੱਖੀ ਕਿ ਕਿਹੜੇ ਬੋਝ ਦੀ ਅਸੀਂ ਗੱਲ ਕਰਦੇ ਹਾਂ। ਇੱਕ ਤਾਂ ਤੁਸੀਂ ਸਾਡਾ ਹੀ ਪੰਜਾਬ ਦਾ ਪੈਸਾ, ਸਾਡੇ ਕਰਮਚਾਰੀਆਂ ਦਾ ਪੈਸਾ ਇੱਕ ਸੈਂਟਰ ਦੀ ਏਜੰਸੀ PFRDA ਦੇ ਕੋਲ ਸਰਕਾਰੀ ਘਰਾਣੇ ਦੇ ਵਿੱਚੋਂ ਚੱਕ ਕੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਵਿੱਚ ਸਾਡਾ ਤੁਸੀਂ ਪੈਸਾ ਲਗਾਤਾ, ਤਾਂ ਇੱਕ ਸਿਕਿਉਰਨੈਸ ਕਿੱਥੋਂ ਹੋਊਗੀ? ਜੇਕਰ ਅਸੀਂ ਉਹਦੀ ਖਜ਼ਾਨੇ ਦੀ ਗੱਲ ਕਰੀਏ ਤਾਂ ਖਜ਼ਾਨਾ ਅਸੀਂ ਹੀ ਡਿਵੈਲਪ ਕਰਦੇ ਹਾਂ। ਜੇਕਰ ਸਰਕਾਰੀ ਕਰਮਚਾਰੀ ਕੰਮ ਕਰਦਾ ਤਾਂ ਸਰਕਾਰ ਦੇ ਕੋਲ ਰੈਵਨਿਊ ਜਾ ਰਿਹਾ, ਤਾਂ ਸਰਕਾਰ ਚੱਲ ਰਹੀ ਹੈ। ਇਸੇ ਮੁਲਾਜ਼ਮ ਜਥੇਬੰਦੀ ਨੇ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਨੂੰ ਸਵਾਲ ਪੁੱਛਦਿਆਂ ਇੱਕ RTA ਵੀ ਪਾਈ, ਜਿਸ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਜੇਕਰ ਸਰਕਾਰ ਦੇ ਖਜ਼ਾਨੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਲਈ ਖਾਲੀ ਨੇ ਤਾਂ ਕੀ ਬਤੌਰ ਵਿਧਾਇਕ ਵੀ ਮੌਜੂਦਾ ਵਿੱਤ ਮੰਤਰੀ ਨੇ ਕਦੇ ਪੈਨਸ਼ਨ ਨਹੀਂ ਲਈ? ਜਿਸ ਦੇ ਜਵਾਬ ਦੇ ਵਿੱਚ RTA ਤਹਿਤ ਜੋ ਜਾਣਕਾਰੀ ਮਿਲੀ ਉਹ ਹੈਰਾਨ ਕਰਨ ਵਾਲੀ ਸੀ। ਮਨਪ੍ਰੀਤ ਸਿੰਘ ਬਾਦਲ ਵੱਲੋਂ ਬਤੌਰ ਸਾਬਕਾ ਵਿਧਾਇਕ ਮਿਤੀ 12/3/2017 ਤੱਕ 4 ਟਰਮਾਂ ਦੇ ਲਈ ਪੈਨਸ਼ਨ ਪ੍ਰਾਪਤ ਕੀਤੀ ਗਈ ਜੋ ਕਿ ਲਗਭਗ 1.5 ਲੱਖ ਰੁਪਏ ਬਣਦੀ ਹੈ, ਜਦਕਿ ਮਨਪ੍ਰੀਤ ਬਾਦਲ ਨੇ ਆਪਣੇ ਚੋਣ ਹਲਫਨਾਮੇ ਦੇ ਵਿੱਚ ਇਹ ਲਿਖਿਆ ਕਿ 7 ਕਰੋੜ ਉਸ ਦੀ ਚੱਲ ਚੱਲ ਜਦਾਦ ਹੈ। ਹੁਣ ਮੁਲਾਜ਼ਮ ਜਥੇਬੰਦੀਆਂ ਸਰਕਾਰ ਨੂੰ ਇਹ ਸਵਾਲ ਪੁੱਛ ਰਹੀਆਂ ਨੇ ਕਿ ਜੇ ਸੂਬੇ ਦੇ ਵਿੱਤ ਮੰਤਰੀ ਸਾਹਿਬ ਆਪਣੀ ਪੈਨਸ਼ਨ ਨਹੀਂ ਛੱਡ ਰਹੇ ਜੋ ਕਿ ਕਰੋੜਾਪਤੀ ਨੇ, ਤਾਂ ਇੱਕ ਆਮ ਸਰਕਾਰੀ ਮੁਲਾਜ਼ਮ ਨੂੰ ਪੈਨਸ਼ਨ ਕਿਉਂ ਨਹੀਂ? ਸਾਡੇ ਅੱਜ ਦੀ ਡੇਟ ਦੇ ਸੂਬੇ ਦੇ ਸਾਡੇ ਵਿੱਤ ਮੰਤਰੀ ਨੇ ਜਦੋਂ ਉਹ ਪੀਪਲਸ ਪਾਰਟੀ ਤੋਂ ਹਾਰੇ ਸੀਗੇ, 4 ਟਰਮਾਂ ਉਹ ਉਸ ਟਾਈਮ ਦੇ ਉੱਤੇ MLA ਰਹਿ ਚੁੱਕੇ ਸੀ, ਤਾਂ ਉਹਨਾਂ ਨੇ ਪਿਛਲੀ ਟਰਮ ਦੇ ਵਿੱਚ ਜਦੋਂ ਸਾਬਕਾ MLA ਸੀਗੇ ਤਾਂ ਉਹਨਾਂ ਨੇ 1.5 ਲੱਖ ਰੁਪਏ ਮਹੀਨੇ ਦੇ ਲਗਭਗ ਆਪਣੀ ਜਿਹੜੀ ਤਨਖਾਹ ਉਹ ਲਈ ਹੈ, ਜਿਹੜੀ ਪੈਨਸ਼ਨ ਹੈ। ਤੇ ਫਿਰ ਸਰਕਾਰੀ ਕਰਮਚਾਰੀ ਪੈਨਸ਼ਨ ਦਾ ਹੱਕਦਾਰ ਕਿਉਂ ਨਹੀਂ? ਜੇਕਰ ਇੱਕ ਦਿਨ ਦਾ MLA ਇੱਕ ਦਿਨ ਦਾ MP ਉਹ ਸਤਾ ਉਮਰ ਪੈਨਸ਼ਨ ਦਾ ਹੱਕਦਾਰ ਹੈ, ਤਾਂ ਇੱਕ ਸਰਕਾਰੀ ਕਰਮਚਾਰੀ ਜੋ ਕਿ 30 ਤੋਂ 35 ਸਾਲ ਦੀ ਸਰਵਿਸ ਕਰਦਾ, ਰਾਈਟ ਟੂ ਸਰਵਿਸ ਐਕਟ, ਰਾਈਟ ਟੂ ਇਨਫੋਰਮੇਸ਼ਨ ਐਕਟ, BLO ਡਿਊਟੀਜ਼, ਫਲੱਡ ਦੀਆਂ ਡਿਊਟੀਆਂ, ਜੋ ਜੋ ਸਰਕਾਰ ਸਾਨੂੰ ਸਮੇਂ ਸਮੇਂ ਤੇ ਡਿਊਟੀਆਂ ਦਿੰਦੀ ਉਹ ਸਾਰੀਆਂ ਡਿਊਟੀਆਂ ਅਸੀਂ ਕਰਦੇ ਹਾਂ, ਫਿਰ ਅਸੀਂ ਪੈਨਸ਼ਨ ਦੇ ਹੱਕਦਾਰ ਕਿਉਂ ਨਹੀਂ? ਦੱਸਦੇ ਕਿ ਸਾਲ 2004 ਦੀ ਨਿਊ ਪੈਨਸ਼ਨ ਸਕੀਮ ਦੇ ਤਹਿਤ ਸਰਕਾਰੀ ਮੁਲਾਜ਼ਮਾਂ ਨੂੰ ਸਿੱਧੇ ਤੌਰ ਤੇ ਪੈਨਸ਼ਨ ਮਿਲਣੀ ਬੰਦ ਕਰਕੇ ਉਹਨਾਂ ਨੂੰ ਕਾਰਪੋਰੇਟ ਦਫ਼ਤਰਾਂ ਦੇ ਨਾਲ ਜੋੜ ਕੇ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ 10% ਮੁਲਾਜ਼ਮਾਂ ਦੀ ਤਨਖਾਹ ਅਤੇ 10% ਸੂਬਾ ਸਰਕਾਰ ਆਪਣੇ ਵੱਲੋਂ ਪਾ ਕੇ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਗਾਉਂਦੀ ਹੈ ਅਤੇ ਸ਼ੇਅਰ ਮਾਰਕੀਟ ਦਾ ਸਾਰਾ ਰਿਸਕ ਮੁਲਾਜ਼ਮਾਂ ਦੇ ਸਿਰ। ਮੁਲਾਜ਼ਮਾਂ ਦੇ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ
ਚੋਣਾਂ ਤੋਂ ਪਹਿਲਾਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਨਵੀਂ ਸਕੀਮ ਬੰਦ ਕਰ ਪੁਰਾਣੀ ਸਕੀਮ ਨੂੰ ਮੁੜ ਤੋਂ ਚਲਾਇਆ ਜਾਏਗਾ। ਪਰ ਹਾਲ ਫਿਲਹਾਲ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਪਰ ਸਵਾਲ ਵਾਜਬ ਹੈ ਕਿ ਜੇਕਰ ਮਹਿਜ਼ ਵਿਧਾਇਕ ਰਹਿ ਕੇ ਪੈਨਸ਼ਨਾਂ ਮਿਲ ਸਕਦੀਆਂ ਨੇ, ਉਹ ਵੀ ਕਈ ਟਰਮਾਂ ਤੱਕ, ਤਾਂ ਸੂਬਾ ਚਲਾਉਣ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਕਿਉਂ ਨਹੀਂ?